ਤੁਸੀਂ ਪੁੱਛਦੇ ਹੋ ਕਿ ਜ਼ਿਆਦਾਤਰ ਮੈਂ ਫੂਡ ਡਿਲੀਵਰੀ 'ਚ ਕਿੰਨੇ ਪੈਸੇ ਕਮਾਉਂਦਾ ਵਾ ਨਾ, ਅਤੇ ਫੂਡ ਡਿਲੀਵਰੀ 'ਚ ਪਹਿਲੀ ਗੱਲ ਤਾਂ ਹੈ ਮੈਂ ਬਾਰ ਬਾਰ ਆਪਣੀ ਕਮਾਈ ਇਸ ਵਜ੍ਹਾ ਤੋਂ ਨਹੀਂ ਦੱਸਦਾ ਕਿ ਬੰਦਾ ਐਵੇਂ ਸ਼ੋਖਾ ਜਿਹਾ ਲੱਗਦਾ ਕਿ ਮੈਂ ਇੰਨੇ ਪੈਸੇ ਕਮਾਉਣਾ। ਦੂਸਰੀ ਗੱਲ ਹੈ ਵੇਖੇ ਮੈਂ ਕਿੰਨੇ ਵੀ ਪੈਸੇ ਕਮਾਉਂਦਾ ਉਹਦੇ ਨਾਲ ਕਿਸੇ ਦਾ ਕੀ ਫਾਇਦਾ ਹੋਣਾ, ਮਤਲਬ ਇਹ ਕਿ ਬਾਰ ਬਾਰ ਦੱਸਣ ਨਾਲ ਕੀ ਹੁੰਦਾ। ਹਾਂ ਕਿ ਉਂਝ ਜੇ ਅਗਰ ਤੁਸੀਂ ਨੌਲੇਜ ਵਾਸਤੇ ਪੁੱਛਣਾ ਚਾਹੁੰਦੇ ਹੋ ਤਾਂ ਜਿੰਨੇ ਬੰਦਾ ਫੈਕਟਰੀ ਦੇ ਵਿੱਚ ਇੱਥੇ ਜਪਾਨ ਦੇ ਵਿੱਚ ਕੰਮ ਕਰਕੇ ਸੁਬਾਹ ਤੋਂ ਸ਼ਾਮ ਤੱਕ ਫੈਕਟਰੀ ਦੇ ਵਿੱਚ ਮਜ਼ਦੂਰੀ ਕਰਕੇ ਕਮਾਉਂਦਾ ਨਾ, ਇੰਨੇ ਪੈਸੇ ਮੈਂ ਘੁੰਮ ਫਿਰ ਕੇ ਅਤੇ ਬੜੇ ਆਰਾਮ ਨਾਲ ਆਪਣੀ ਮਰਜ਼ੀ ਨਾਲ, ਮੈਨੂੰ ਇਸ ਲਈ ਆਪਣੀ ਇਹ ਜੋਬ ਪਸੰਦ ਹੈ, ਸਕੂਨੀ ਮਾਹੌਲ ਨਾਲ ਇੰਨੀ ਦੇਰ 'ਚ ਮੈਂ ਕਮਾ ਲੈਂਦਾ। ਮਿਸਾਲ ਦੇ ਤੌਰ 'ਤੇ ਜਪਾਨ ਦੇ ਵਿੱਚ ਇੱਕ ਐਵਰੇਜ ਜਿਹੜੀ ਸੈਲਰੀ ਹੈ ਇੱਕ ਦਿਨ ਦੀ ਉਹ ਹੁੰਦੀ ਹੈ 10,000 ਜਪਾਨੀ ਨਾ, ਜਿਹੜੇ ਪਾਕਿਸਤਾਨੀ ਰੇਟ ਉੱਤੇ ਥੱਲੇ ਹੋਵੇ 19-20 ਹਜ਼ਾਰ ਰੁਪਈਆ ਬਣਦਾ ਹੈ, ਠੀਕ ਹੈ, 18,000 ਤੋਂ ਲੈ ਕੇ 20,000 ਤੱਕ। ਅਤੇ ਉਹ ਨਾ ਬੰਦਾ ਕਮਾਵੇ ਤਾਂ ਇੱਥੇ ਸਰਵਾਈਵ ਕਰਨਾ ਬੜਾ ਮੁਸ਼ਕਲ ਹੁੰਦਾ, ਕਿਉਂਕਿ ਇੱਥੇ ਕਮ ਅਜ਼ ਕਮ 5,000 ਡੇਲੀ ਦੇ ਹਿਸਾਬ ਨਾਲ ਖਰਚਾ ਹੀ ਹੋ ਜਾਂਦਾ ਬੰਦੇ ਦਾ। ਮੈਂ ਤਕਰੀਬਨ 10,000 ਯੈਨ ਜਿਹੜਾ ਲਾਜ਼ਮੀ ਇਸ ਜੋਬ ਤੋਂ ਕਮਾਉਣਾ ਵਾਂ, ਅਤੇ ਮੈਂ ਇੰਝ ਕਰਨਾ ਨਾ ਕਿ ਸੁਬਾਹ ਦੇ ਟਾਈਮ ਥੋੜ੍ਹਾ ਜਿਹਾ ਕੰਮ ਕਰ ਲੈਣਾ, ਥੋੜ੍ਹਾ ਸ਼ਾਮ ਦੇ ਟਾਈਮ। ਹੁਣ ਮੈਂ ਤੁਹਾਨੂੰ ਵਿਖਾਉਣਾ, ਅਤੇ ਇਹ ਮੇਰੇ ਕੋਲ ਨਾ ਦੋ ਕੰਪਨੀਆਂ ਨੇ ਜਿਨ੍ਹਾਂ ਨਾਲ ਮੈਂ ਕੰਮ ਕਰਨਾ, ਇੱਕ ਹੈ ਵੇ ਜਮਾਇਕਨ ਅਤੇ ਇੱਕ ਹੈ ਉਬਰ ਹੈ। ਜਮਾਇਕਨ ਦੇ ਉੱਤੇ ਮੈਂ ਹਲੇ ਇੱਕ ਡਿਲੀਵਰੀ ਦਿੱਤੀ, ਇਹਦੇ 600 ਯੈਨ ਬਣਿਆ, ਅਤੇ ਇਹ ਉਬਰ ਹੈ, ਉਬਰ ਦੇ ਉੱਤੇ ਬਣ ਗਿਆ 3600 ਯੈਨ, ਤਕਰੀਬਨ ਸਮਝ ਲਓ ਕਿ 4200 ਬਣਿਆ ਮੇਰਾ। ਹੋਰ ਕੋਈ ਮੈਂ ਦੋ ਕੁ ਡਿਲੀਵਰੀਆਂ ਜਾਂ ਇੱਕ ਡਿਲੀਵਰੀ ਹੋਰ ਕੀਤੀ ਤਾਂ 5,000 ਯੈਨ ਬਣ ਜਾਣਾ, ਅਤੇ ਇਹ ਹਲੇ ਡੇਢ ਹੋਇਆ। ਅਤੇ 2 ਵਜੇ ਤੱਕ ਮੇਰਾ ਦਿਲ ਲੈ ਕੇ ਮੈਂ ਕੰਮ ਬੰਦ ਕਰਕੇ ਘਰ ਟੁਰ ਜਾਵਾਂ, ਘਰ ਜਾ ਕੇ ਲੰਚ ਕਰਾਂ, ਲੰਚ ਕਰਨ ਤੋਂ ਬਾਅਦ ਥੋੜ੍ਹਾ ਜਿਹਾ ਕਿਲੂਲਾ ਫਰਮਾਵਾਂ, ਮਤਲਬ ਇਹ ਕਿਲੂਲਾ ਹੁੰਦਾ ਕਿ ਲੰਚ ਕਰਨ ਤੋਂ ਬਾਅਦ ਤੁਸੀਂ ਜਿਹੜਾ ਅੱਧੇ ਪੌਣੇ ਘੰਟੇ ਦੀ ਨੀਂਦ ਲੈਂਦੇ ਹੋ ਨਾ, ਨੈਪ ਲੈਂਦੇ ਹੋ, ਉਹ ਸੁੰਨਤ ਤਰੀਕਾ ਵੀ ਹੈ। ਅਤੇ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਕੋਈ ਅੱਧਾ ਘੰਟਾ ਜਿਹੜਾ ਬੰਦਾ ਸੋ ਲੈਂਦਾ ਨਾ, ਫਿਰ ਬੰਦਾ ਬਹੁਤ ਜ਼ਿਆਦਾ ਤਰੋ ਤਾਜ਼ਾ ਹੋ ਜਾਂਦਾ, ਅਤੇ ਸੁੰਨਤ ਵੀ ਪੂਰੀ ਹੋ ਜਾਂਦੀ ਹੈ। ਅਤੇ ਉਸ ਤੋਂ ਬਾਅਦ ਮੈਂ ਫਿਰ ਆਰਾਮ ਨਾਲ ਉੱਠ ਕੇ ਇੱਕ ਵੀਡੀਓ ਸ਼ੀਡੀਓ ਐਡਿਟ ਕਰ ਲੈਂਦਾ ਜਿਹੜੀ ਹੈ ਹੁਣ ਬਣਾ ਰਿਹਾ ਵਾਂ, ਅਤੇ ਉਸ ਟਾਈਮ ਐਡਿਟ ਕਰਕੇ ਲਾ ਦਿੰਦਾ, ਅਤੇ ਫਿਰ ਮੈਂ ਨਿਕਲ ਜਾਂਦਾ ਵਾਂ ਸ਼ਾਮ ਨੂੰ ਕੰਮ ਦੇ ਉੱਤੇ। ਅਤੇ ਸ਼ਾਮ ਨੂੰ ਮੈਂ ਤਕਰੀਬਨ ਨਿਕਲਣਾ 6 ਵਜੇ, 6 ਵਜੇ ਫਿਰ ਮੈਂ ਕੋਈ 5,000 ਯੈਨ ਬਣਾ ਲੈਂਦਾ। ਅਤੇ ਮੇਰੇ ਕੰਨ ਦੇ ਵਿੱਚ ਇੱਥੇ ਬਲੂਟੁੱਥ ਲੱਗੀ ਹੋਈ ਹੈ, ਉਹ ਬਲੂਟੁੱਥ ਦੇ ਜ਼ਰੀਏ ਮੈਂ ਰਸਤੇ ਵਿੱਚ ਲੋਕਾਂ ਦੇ ਨਾਲ, ਆਪਣੇ ਦੋਸਤਾਂ ਯਾਰਾਂ ਦੇ ਨਾਲ, ਫੈਮਿਲੀ ਨਾਲ ਜਦੋਂ ਵੀ ਗੱਲਬਾਤ ਕਰਨੀ ਹੈ ਗੱਲਬਾਤ ਕਰਦੇ ਰਹਿਣਾ, ਗੱਪਸ਼ੱਪ ਲਾਉਂਦਾ ਰਹਿਣਾ, ਅਤੇ ਇਸੇ ਤਰ੍ਹਾਂ ਮਜ਼ੇ ਕਰਦਾ ਰਹਿਣਾ। ਅਤੇ 6 ਤੋਂ ਲੈ ਕੇ 10 ਵਜੇ ਤੱਕ ਮੈਂ ਫਿਰ 4 ਘੰਟੇ ਕੰਮ ਕਰਨਾ। ਸ਼ਾਮ ਦੇ ਟਾਈਮ ਪੈਸੇ ਜ਼ਿਆਦਾ ਬਣਦੇ ਨੇ, ਕਿਉਂਕਿ ਡਿਨਰ ਦੇ ਆਰਡਰ ਵੱਡੇ ਹੁੰਦੇ ਨਾ, ਡਿਨਰ ਟਾਈਮ ਸਾਰੀ ਫੈਮਿਲੀ ਇਕੱਠੀ ਹੁੰਦੀ ਹੈ, ਅਤੇ ਇਸ ਵਜ੍ਹਾ ਤੋਂ ਉਹ ਆਰਡਰ ਵੱਡਾ ਆਰਡਰ ਕਰਦੇ ਨੇ, ਅਤੇ ਵੱਡਾ ਆਰਡਰ ਹੋਏਗਾ ਤਾਂ ਸਾਨੂੰ ਕਮਿਸ਼ਨ ਥੋੜ੍ਹੀ ਜਿਹੀ ਐਡ ਹੋ ਕੇ ਜ਼ਿਆਦਾ ਮਿਲ ਜਾਂਦੀ, ਅੱਛੇ ਪੈਸੇ ਬਣ ਜਾਂਦੇ। ਯਾਨੀ ਕਿ ਦੁਪਹਿਰ ਨੂੰ ਅਗਰ ਮੈਂ 5 ਘੰਟੇ ਕੰਮ ਕਰਾਂ ਤਾਂ 5,000 ਬਣਦਾ, ਦਿਲ ਚਾਹੀਦੇ ਸ਼ਾਮ ਨੂੰ ਸਿਰਫ 3 ਘੰਟੇ ਕੰਮ ਕਰਕੇ 5,000 ਬਣ ਜਾਂਦਾ, ਤਾਂ ਮਤਲਬ ਇਹ ਕਿ ਮੈਂ 10,000 ਪੂਰਾ ਕਰਨਾ ਹੁੰਦਾ ਅਤੇ ਪੂਰਾ ਕਰਕੇ ਮੈਂ ਘਰ ਆ ਜਾਂਦਾ। ਆਰਡਰ ਰੱਖ ਦਿੱਤਾ ਮੈਂ, ਅਤੇ ਕਸਟਮਰ ਨੂੰ ਕਾਲ ਬੈਲ ਦੇ ਕੇ ਦੱਸਣਾ ਹੁੰਦਾ ਕਿ ਮੈਂ ਆਰਡਰ ਰੱਖ ਦਿੱਤਾ। ਮੌਸਮ ਵੀ ਬੜਾ ਅੱਛਾ ਹੈ, ਚੈੱਕ ਕਰੋ ਜ਼ਰਾ। ਮਜ਼ੀਦ ਤੁਸੀਂ ਮੇਰੀ ਇਸ ਜੋਬ ਦੇ ਬਾਰੇ 'ਚ ਕੀ ਜਾਣਨਾ ਚਾਹੁੰਦੇ ਹੋ, ਕੀ ਗੱਲ ਹੈ, ਕੋਈ ਥੱਲੇ ਕਮੈਂਟ ਕਰੋ, ਮੈਂ ਇਸੇ ਤਰ੍ਹਾਂ ਅਗਲ ਕਿਸੇ ਹੋਰ ਵੀਡੀਓ ਤੁਹਾਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਸਹੀ ਹੈ, ਆਪਣਾ ਖਿਆਲ ਰੱਖਣਾ, ਅੱਲਾ ਹਾਫਿਜ਼।